ਆ ਦੇਖ ਲਓ ਭਰਾ ਰਵਿਦਾਸਪੁਰ ਮੁਹੱਲੇ ਦਾ ਹਾਲ। ਆ ਥੋੜ੍ਹੇ ਦਿਨ ਪਹਿਲਾਂ ਈਓ ਕੋਲ ਗਏ ਸੀਗੇ ਕਹਿੰਦੇ ਨਾਲਾ ਸਾਫ਼ ਕਰਾਉਣ ਲਈ, ਪਰ ਉੱਥੇ ਈਓ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਬਈ ਤੁਹਾਡੇ ਨਾਲੇ ਸਾਫ਼ ਹੋ ਜਾਣਗੇ। ਦੋ ਦਿਨ ਆਏ ਪਰ ਕੰਮ ਕੋਈ ਨਹੀਂ ਕਰਕੇ ਗਏ ਬੰਦੇ ਉਹ। ਆਹ ਨਾਲਿਆਂ ਦੇ ਵਿੱਚ ਪੂਰਾ ਨਰਕ ਖੜਾ ਪਿਆ ਪੂਰਾ ਪੂਰਾ। ਆਹ ਦੇਖੋ ਕੀ ਹਾਲ ਆ ਸਾਡੇ ਮੁਹੱਲੇ ਦਾ, ਔਰ ਬੜੀ ਨਰਕਾਂ ਭਰੀ ਜ਼ਿੰਦਗੀ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਚਲ ਗਿਆ। ਬਰਸਾਤ ਤਾਂ ਹਜੇ ਥੋੜ੍ਹੀ ਜਿਹੀ ਹੋਈ ਆ, ਅਸਲੀ ਬਰਸਾਤਾਂ ਤਾਂ ਆਉਣੀਆਂ। ਆਹ ਦੇਖੋ ਕਿੱਦਾਂ ਗੰਦ ਫਸਿਆ ਪਿਆ। ਇਹ ਸਾਡੇ ਐਮ ਸੀ ਸਾਹਿਬ ਵੀ ਸਾਡੇ ਨਾਲ ਗਏ ਸੀਗੇ, ਪਰ ਐਮ ਸੀ ਸਾਹਿਬ ਨੂੰ ਵੀ ਮੈਂ ਦੋ ਵਾਰੀ ਕਿਹਾ ਅਤੇ ਐਮ ਸੀ ਸਾਹਿਬ ਵੀ ਕਹਿੰਦੇ ਕਿ ਬੰਦੇ ਅੱਜ ਆਉਣੇ ਬੰਦੇ ਆਏ ਨਹੀਂ ਮੁੜ ਕੇ। ਔਰ ਬਹੁਤ ਬੁਰਾ ਹਾਲ ਹੈ ਜੀ ਇਹ ਮੁਹੱਲੇ ਦਾ। ਨਾਲੀਆਂ ਦੇ ਵਿੱਚ ਬਹੁਤ ਗੰਦ ਆ, ਬਹੁਤ ਗਾਰਾ। ਇੱਥੇ ਸਾਡੀ ਦੇਖੋ ਜੀ ਕੋਈ ਵੀ ਸੁਣਵਾਈ ਨਹੀਂ ਹੋਈ। ਬੜਾ ਭੈੜਾ ਹਾਲ ਆ, ਹਜੇ ਤਾਂ ਬਰਸਾਤ ਹੀ ਮੇਰੇ ਖਿਆਲ 20-25 ਮਿੰਟ ਪਈ ਆ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਖੜ੍ਹ ਗਿਆ। ਬੁਰਾ ਹਾਲ ਹੋਇਆ ਪਿਆ, ਨਾਲੇ ਨੱਕੋ ਨੱਕ ਭਰ ਗਏ।